ਹਾਂਜੀ ਬੱਚਿਓ ਕੰਪਿਊਟਰ ਸਾਇੰਸ ਦਾ ਵੈਰੀ ਇੰਪੋਰਟੈਂਟ ਪੇਪਰ ਇਹ ਪੇਪਰ ਆਨ ਦੇ ਚਾਂਸਸ ਜ਼ਿਆਦਾ ਹੈ ਠੀਕ ਹੈ ਇੱਕ ਪੇਪਰ ਹੋਰ ਸੋਲਵ ਕੀਤਾ ਹੈ ਉਹ ਵੀ ਜ਼ਰੂਰ ਦੇਖ ਲਿਓ ਸੋ ਚਲੋ ਫਟਾਫਟ ਤੁਹਾਡੀ ਤਿਆਰੀ ਕਰਾਉਂਦੇ ਆ ਸੋ ਦੇਖੋ ਬੱਚਿਓ ਸਭ ਤੋਂ ਪਹਿਲਾਂ ਪ੍ਰਸ਼ਨ ਇਹਦੇ ਵਿੱਚ ਤੁਹਾਡੇ ਊਰਾ ਭਾਗ ਵਿੱਚੋਂ ਆਏਗਾ ਜਿਹਦੇ ਵਿੱਚ ਤੁਹਾਡੇ 20 ਪ੍ਰਸ਼ਨ ਇੱਕ ਇੱਕ ਨੰਬਰ ਵਾਲੇ ਆ ਸੋ ਪਹਿਲਾ ਪ੍ਰਸ਼ਨ ਹੈ ਕਿ ਜੀਮੇਲ ਇੱਕ ਮੁਫਤ ਈਮੇਲ ਸੇਵਾ ਹੈ ਸੇਵਾ ਹੈ ਜੋ ਡੈਸ਼ ਦੁਆਰਾ ਪ੍ਰਦਾਨ ਕੀਤੀ ਗਈ ਹੈ ਠੀਕ ਹੈ ਕਿਸ ਦੁਆਰਾ ਪ੍ਰਦਾਨ ਕੀਤੀ ਗਈ ਹੈ ਗੂਗਲ ਦੁਆਰਾ ਜੀਮੇਲ ਗੂਗਲ ਦੀ ਵੈਬ ਹੋਆ ਠੀਕ ਹੈ ਤੁਹਾਡੀ ਵੈਬਸਾਈਟ ਹੈ ਉਹਨਾਂ ਦੀ ਸੋ ਉਹੀ ਪ੍ਰਦਾਨ ਕਰਦੀ ਹੈ ਉਸ ਤੋਂ ਬਾਅਦ ਬੱਚਿਓ ਸੈਕਿੰਡ ਦੇਖੋ ਪਹਿਲਾ ਆ ਗਿਆ Google ਸੈਕਿੰਡ ਕਿੰਦੇ ਵਿੱਚ ਇੱਕ ਸੈਲ ਡੈਸ਼ ਅਤੇ ਡੈਸ਼ ਦਾ ਕਾਰਟ ਖੇਤਰ ਹੁੰਦਾ ਹੈ ਕਿਸ ਚੀਜ਼ ਦਾ ਰੋ ਅਤੇ ਕਾਲਮ ਦਾ ਹੁੰਦਾ ਹੈ ਠੀਕ ਹੈ ਸੋ ਪਹਿਲੇ ਇਹਦਾ ਰਾਈਟ ਆਨਸਰ ਆ ਜਾਣਾ ਹੈ ਉਸ ਤੋਂ ਬਾਅਦ ਬੱਚਿਓ ਸਾਡਾ ਤੀਸਰਾ ਦੇਖੋ ਤੀਸਰਾ ਹੈ ਕੀ ਵਰਕਸ਼ੀਟ ਵਿੱਚ ਕਿਹੜੇ ਕਿਰੇ ਆਬਜੈਕਟ ਸ਼ਾਮਿਲ ਕੀਤੇ ਜਾ ਸਕਦੇ ਹਨ ਸੋ ਬੱਚਿਓ ਸੈਲ ਚਾਰਟ ਰੋਜ਼ ਉਪਰੋਕਤ ਸਾਰੇ ਇਜ਼ ਰਾਈਟ ਆਨਸਰ ਉਸ ਤੋਂ ਬਾਅਦ ਬੱਚਿਓ ਚੌਥਾ ਹੈ ਕਿ ਐਮ ਐਸ ਐਕਸਲ ਦਾ ਕਿਹੜਾ ਫੰਕਸ਼ਨ ਸੈਲਾਂ ਦੇ ਸਮੂਹ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਵਰਤੇ ਜਾਂਦਾ ਹੈ ਸੋ ਬੱਚਿਓ ਮਿਨ ਠੀਕ ਹੈ ਐਮ ਆਈ ਐਨ ਮਿਨ ਦਾ मिनिमम uh, मार्क्स पता कर मिनिमम नंबर पता करता है ठीक है सिर्फ मिन यूज़ दे मिनिमम नहीं सो ईरी इज़ द राइट आंसर ठीक है उस तो बाद बच्चों देखो चौथा है कि इना बच्चों के एम एस एक्सएल का व्यू नहीं है ठीक है सो ये बच्चे कि नहीं है देखो नॉर्मल व्यू हूँ पेज लेआउट ये सारे होंगे फॉरमुला व्यू नहीं हूँ ठीक है सो so, तोड़ा आंसर आ जाएगा पहले ही ऊडाइज द राइट आंसर उन्होंने पूछा कि नहीं है सो so, फॉर्मुला व्यू ਉਸ ਤੋਂ ਬਾਅਦ ਬੱਚਿਓ ਸ਼ੇਮਾ ਹੈ ਕਿ ਉਹ ਜੋ ਡੀਬੀਐਮਐਸ ਨੂੰ ਪੂਰੀ ਤਰ੍ਹਾਂ ਪ੍ਰਬੰਧਿਤ ਅਤੇ ਕੰਟਰੋਲ ਕਰਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ ਉਸ ਨੂੰ ਬੱਚਿਓ ਡਬੀਏ ਕਿਹਾ ਜਾਂਦਾ ਹੈ ਠੀਕ ਹੈ ਡਾਟਾਬੇਸ ਐਡਮਿਨਿਸਟਰेटर ਠੀਕ ਹੈ ਜੋ ਉਸ ਨੂੰ ਕੰਟਰੋਲ ਅਤੇ ਪ੍ਰਤੀਬੱਧ ਕਰਦਾ ਹੁੰਦਾ ਹੈ ਸੋ ਓੜਾ ਇਸ ザ राइट आंसर ਸੋ ਬੱਚਿਓ ਮਲਟੀਪਲ ਚੁਆਇਸ ਹੋ ਗਏ ਉਸ ਤੋਂ ਬਾਅਦ ਬੱਚਿਓ ਦੇਖੋ ਖਾਲੀ ਥਾਂਵਾਂ ਤੇ ਪੂਰੇ ਨਾਮ ਸੋ ਬੱਚਿਓ ਖਾਲੀ ਥਾਂਵਾਂ ਕਹਿੰਦੇ ਡੈਸ਼ ਦੋ ਜਾਂ ਵਧੇਰੇ ਕੰਪਿਊਟਰ ਦਾ ਸਮੂਹ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹਦੇ ਵਿੱਚ ਕੀ ਆਏਗਾ ਨੈਟਵਰਕ ਠੀਕ ਹੈ ਨੈਟਵਰਕ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਦਾ ਸਮੂਹ ਹੁੰਦਾ ਹੈ ਉਸ ਤੋਂ ਬਾਅਦ ਬੱਚੇ ਸੈਕਿੰਡ ਹੈ ਈ ਗਵਰਨੈਂਸ ਦਾ ਡੈਸ਼ ਮਾਡਲ ਸਰਕਾਰ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸੇਵਾਵਾਂ ਨੂੰ ਨਾਗਰਿਕਾਂ ਦੁਆਰਾ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਠੀਕ ਹੈ ਸੋ ਇਹਦੇ ਵਿੱਚ ਕੀ ਆਏਗਾ ਜੀ 2 ਸੀ ठीक तो है जी टू सी आएगा गवर्नमेंट टू सिटीजन उस बाद वो नेक्स्ट है पूरे नाम ती लिखने हैं डी बी एम एस का पूरा नाम की आना है डी बी एम एस का पूरा नाम आएगा डाटाबेस मैनेजमेंट सिस्टम उस तुँ तो बाद लैंड का पूरा नाम की है लोकल एरिया नेटवर्क लोकल एरिया नैटवर्क उस जी टू सी की है गवर्नमेंट टू सिटीजन ਗਵਰਨਮੈਂਟ ਟੂ ਕਸਟਮਰ ਵੀ ਲਿਖ ਸਕਦੇ ਗਵਰਨਮੈਂਟ ਟੂ ਸਿਟੀਜ਼ਨ ਲਿਖਣਾ ਤੁਸੀਂ ਠੀਕ ਹੈ ਗਵਰਨਮੈਂਟ ਟੂ ਸਿਟੀਜ਼ਨ ਇਜ਼ ਅ ਬੈਸਟ ਉਸ ਤੋਂ ਬਾਅਦ ਬੱਚੇ ਨੈਕਸਟ ਹੈ ਗਵਰਨਮੈਂਟ ਟੂ ਜੀ ਟੂ ਜੀ ਜੀ ਟੂ ਜੀ ਦਾ ਫੁੱਲ ਫਾਰਮ ਆਣਾ ਗਵਰਨਮੈਂਟ ਟੂ ਗਵਰਨਮੈਂਟ ਠੀਕ ਹੈ ਗਵਰਨਮੈਂਟ ਟੂ ਗਵਰਨਮੈਂਟ ਗਵਰਨਮੈਂਟ ਟੂ ਗਵਰਨਮੈਂਟ ਓਕੇ ਠੀਕ ਹੈ ਬੱਚਿਓ ਨੈਕਸਟ ਦੇਖੋ ਬੱਚੇ ਤੁਸੀਂ ਟਰੂ ਫਾਲਸ ਦੱਸਣੇ ਆ ਇਹਨਾਂ ਵਿੱਚ ਕਿਹੜਾ ਸਹੀ ਜਾਂ ਗਲਤ ਹੈ ਸੋ ਪਹਿਲਾ ਹੈ ਬੱਚੇ ਫੁੱਲ ਡੁਪਲੈਕਸ ਵਿੱਚ ਜਾਣਕਾਰੀ ਦੋਵੇਂ ਦਿਸ਼ਾਵਾਂ ਵਿੱਚ ਪਰ ਸਾਰਿਤ ਕੀਤੀ ਜਾ ਸਕਦੀ ਹੈ ਸੋ ਇਹ ਸਹੀ ਆਏਗਾ ਉਸ ਤੋਂ ਬਾਅਦ ਬੱਚੇ ਸੈਕਿੰਡ ਹੈ ਕਿ ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜੀਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸੌਫਟਵੇਅਰ ਦੀ ਵਰਤੋਂ ਕਰਨਾ ਹੈ ਇਹ ਵੀ ਸਹੀ ਹੈ ਥਰਡ ਹੈ ਬੱਚੇ MS Excel ਵਿੱਚ ਇੱਕ ਸਧਾਰਨ ਤੌਰ ਤੇ ਵਰਤੇ ਜਾਣ ਵਾਲਾ ਵਰਡ ਪ੍ਰੋਸੈਸਰ ਹੈ ਇਹ ਗਲਤ ਹੈ ਠੀਕ ਹੈ ਤੀਸਰਾ ਗਲਤ ਹੈ ਹਾਂ ਬਾਕੀ ਉੱਪਰਲੇ ਦੋ ਸਹੀ ਸੀ ਉਸ ਤੋਂ ਬਾਅਦ ਬੱਚੇ ਚੌਥਾ ਹੈ ਕਿ ਫਾਰਮੈਟਿੰਗ ਆਪਸ਼ਨ ਡਾਟਾ ਤੋਂ ਜਾਣਕਾਰੀਆਂ ਨੂੰ ਦਰਸਾਉਣ ਲਈ ਪ੍ਰਭਾਵਸ਼ਾਲੀ ਹਨ ਠੀਕ ਹੈ ਫਾਰਮੈਟਿੰਗਸ ਆਪਸ਼ਨ ਹਾਂ ਬਿਲਕੁਲ ਸਹੀ ਉਸ ਤੋਂ ਬਾਅਦ ਬੱਚੇ ਪੰਜਵਾਂ ਹੈ ਕਿ ਸਮ ਫੰਕਸ਼ਨ ਦੀ ਵਰਤੋਂ ਕਿਸੇ ਖਾਸ ਰੇਂਜ ਵਿੱਚ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ ਇਹ ਵੀ ਸਹੀ ਹੈ उस तो बाद छेवा है कि पेज ओरएंटेन दो प्रकार के दे होंगे पोर्ट्रेट तो लैंडस्केप ये बिल्कुल सही है ओके उस तो बाद देखो सतमां है कि एम एस एक्सएल कट करने कि शॉर्टकट की वर्ती जाती है सो बच्चों एम एस एक्सएल्च कट करने शॉर्टकट की बच्चे सी टी आर एल मतलब कंट्रोल प्लस एक्स ठीक है सो नैक्सट देखो बच्चों अठव है कि एम एस एक्सएल Uh, कोई पहला बनी फाइल खोलने लिए शॉर्टकट की है की है ठीक है सो बच्चे बचा तो सी टी आर एल मतलब कंट्रोल प्लस ओ नपना है ठीक है कंट्रोल प्लस ओके okay. <coughs> ਸੋ ਦੇਖੋ ਬੱਚਿਓ ਇਥੋਂ ਤੁਹਾਡਾ ਭਾਗ ਇਹਦਾ ਸਟਾਰਟ ਹੁੰਦਾ ਹੈ ਯਾਨੀ ਕਿ ਤੁਹਾਡੇ ਤਿੰਨ ਤਿੰਨ ਨੰਬਰ ਵਾਲੇ ਪ੍ਰਸ਼ਨਸ ਹੈ ਠੀਕ ਹੈ ਸਾਰੇ ਇੰਪੋਰਟੈਂਟ ਹੈ 6ਵੇਂ ਅਤੇ 7ਵੇਂ ਦੇ ਵਿੱਚ অপਸ਼ਨਸ ਆ ਬਾਕੀ ਵਿੱਚ অপਸ਼ਨ ਨਹੀਂ ਹੈ ਸੋ ਕੰਪਲਸਰੀ ਕਰਨਾ ਹੀ ਪੈਣਾ ਹੈ ਸੋ ਦੇਖੋ ਬੱਚਿਓ ਚੌਥਾ ਪ੍ਰਸ਼ਨ ਹੈ ਕਿ ਡਾਟਾ ਸੰਚਾਰ ਦੇ ਭਾਗਾਂ ਦਾ ਨਾਂ ਲਿਖੋ ਡਾਟਾ ਸੰਚਾਰ ਦੇ ਕਿਹੜੇ-ਕਿਹੜੇ ਭਾਗ ਹਨ ਸੋ ਸਭ ਤੋਂ ਪਹਿਲਾਂ ਹੈਗਾ ਸੈਂਡਰ ਦੂਸਰਾ ਮਾਡੀਅਮ ਤੀਸਰਾ ਰਿਸਿਵਰ ਚੌਥਾ ਪ੍ਰੋਟੋਕੋਲ ਠੀਕ ਹੈ ਸੋ ਬੱਚਿਓ ਇਹੀ ਇਹਦੇ ਪਾਰਟ ਹੈ ਮਤਲਬ ਇੱਕ ਸੈਂਡ ਕਰਨ ਵਾਲਾ ਫਿਰ ਮੀਡੀਅਮ ਕੀ ਹੁੰਦਾ ਹੈ ਫਿਰ ਰਿਸੀਵਰ ਪ੍ਰੋਟੋਕੋਲ ਠੀਕ ਹੈ ਇਹ ਹੀ ਹੁੰਦਾ ਨਾ ਇੱਕ ਬੰਦਾ ਸੈਂਡ ਕਰਦਾ ਕਿਹੜੇ ਮੀਡੀਅਮ ਨਾਲ ਸੈਂਡ ਕਰ ਰਿਹਾ ਹੈ ਠੀਕ ਹੈ ਉਸ ਤੋਂ ਬਾਅਦ ਰਿਸੀਵਰ ਕੋਣ ਹੈ ਐਂਡ ਪ੍ਰੋਟੋਕੋਲ ਸਿੰਪਲ ਜਿਹਾ ਯਾਦ ਕਰਨ ਵਿੱਚ ਈਜ਼ੀ ਹੈ ਤੁਸੀਂ ਸੈਂਡ ਕੀਤਾ ਸੈਂਡਰ ਹੋ ਗਿਆ ਮੀਡੀਅਮ ਕਿਹੜੇ ਮੀਡੀਅਮ ਨਾਲ ਸੈਂਡ ਕਰ ਰਹੇ ਹੈ ਕਿਹੜਾ ਬੰਦਾ ਰਿਸੀਵ ਕਰ ਰਿਹਾ ਹੈ ਐਂਡ ਕਿਹੜਾ ਪ੍ਰੋਟੋਕੋਲ ਯੂਜ਼ ਹੋ ਰਿਹਾ ਹੈ ਠੀਕ ਹੈ ਨਿਯਮ ਕੀ ਵਿੱਚ ਠੀਕ ਹੈ ਸੋ ਇਹ ਚਾਰ ਹੁੰਦੇ ਹੈ ਉਸ ਤੋਂ ਬਾਅਦ ਬੱਚੇ ਪੰਜਵਾਂ ਪ੍ਰਸ਼ਨ ਹੈ ਕਿ MS Excel ਦੇ ਕੀ ਕੀ ਉਪਯੋਗ ਹਨ Excel ਦੇ ਕਿਹੜੇ ਕਿਹੜੇ ਉਪਯੋਗ ਹਨ ਠੀਕ ਹੈ MS Excel ਜਿਹੜਾ ਹੁੰਦਾ ਆ ਕਿਹੜੇ ਕਿਹੜੇ ਉਪਯੋਗ ਹਨ ਬੱਚੇ ਸਾਰੇ ਕੰਪਿਊਟਰ ਵਿੱਚ ਮੇਨ ਕੰਮ ਨਾ Excel ਦਾ ਹੁੰਦਾ ਹੈ ਜਿਵੇਂ ਕਿ ਫਰਸਟ ਕੰਮ ਜਿੰਨੀਆਂ ਵੀ ਗਣਿਤ ਦੇ ਕੰਮ ਹੁੰਦੇ ਨੇ ਜੋੜ ਪਲੱਸ ਮਾਈਨਸ ਘਟਾਓ ਸਾਰੇ ਇਹਦੇ ਵਿੱਚ ਕੀਤਾ ਜਾਂਦਾ ਹੈ ਦੇਖੋ Excel ਦੀ ਵਰਤੋਂ ਗਣਿਤਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਦੂਸਰਾ ਬੱਚੇ ਚਾਰਟਸ ਵਗੈਰਾ ਤਿਆਰ ਕਰਨਾ ਹੋਵੇ ਠੀਕ ਹੈ ਡਾਟਾ ਨੂੰ ਗ੍ਰਾਫੀਕਲ ਰੂਪ ਵਿੱਚ ਦੱਸਾਇਆ ਜਾਂਦਾ ਹੈ ਚਾਰਟ ਦੀ ਵਰਤੋਂ ਕਰਕੇ ਸੋ ਚਾਰਟਸ ਵੀ ਸਾਡੇ MS Excel ਵਿੱਚ ਹੀ ਹੁੰਦੇ ਆ ਤੀਸਰਾ ਵਿੱਚ ਟੇਬल्स ਵਗੈਰਾ ਲਗਾਉਣਾ ਹੋਇਆ ਇੱਥੇ ਇਸ ਵਿੱਚ ਅਸੀਂ ਸਕੂਲ ਦਾ ਟਾਈਮ ਟੇਬਲ ਤਿਆਰ ਕਰ ਸਕਦੇ ਹਾਂ ਟਾਈਮ ਟੇਬਲ ਵੀ ਤਿਆਰ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਕਰਮਚਾਰੀਆਂ ਦੀ ਤਨਖਾਹਾਂ ਸੰਬੰਧੀ ਗਣਨਾਵਾਂ ਦੀ ਗਣਨਾਵਾਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ بچے ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਲਈ ਵੀ Excel ਦੀ ਵਰਤੋਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਕੋਈ ਵੀ ਮੈਥਮੈਟਿਕਲ ਗਣਨਾ ਉਸ ਤੋਂ ਬਾਅਦ ਗ੍ਰਾਫ ਦੇ ਰੂਪ ਵਿੱਚ ਦਰਸਾਉਣਾ ਟੇਬਲ ਟਾਈਮ ਟੇਬਲ ਬਣਵਾਉਣਾ ਠੀਕ ਹੈ ਕਰਮਚਾਰੀਆਂ ਦਾ ਤਨਖਾਹ ਟੀਚਰਸ ਵਗੈਰਾ ਦੇ ਉਸ ਤੋਂ ਬਾਅਦ ਤੁਹਾਡੇ ਰਿਜ਼ਲਟ ਵਗੈਰਾ ਸਾਰੇ ਇਹਦੇ ਵਿੱਚ ਹੀ ਤਿਆਰ ਹੁੰਦੇ ਆ ਐਮ ਐਸ ਐਕਸਲ ਦੇ ਵਿੱਚ ਓਕੇ ਕੋਈ ਡੇਟ ਸ਼ੀਟ ਵਗੈਰਾ ਕੁਝ ਵੀ ਬਣਾਨੀ ਹੋਵੇ ਇਹਦੇ ਵਿੱਚ ਤਿਆਰ ਹੁੰਦੇ ਆ ਉਸ ਤੋਂ ਬਾਅਦ ਬੱਚੇ ਛੇਵਾਂ ਆਪਰੇਸ਼ਨ ਹੈ ਕਿ ਫਾਰਮੈਟਿੰਗ ਤੋਂ ਤੁਹਾਡਾ ਕੀ ਭਾਵ ਹੈ ਇਹਦਾ ਜਾਂ ਪਾਰਟ ਹੈ ਵਿੱਚ ਛੇਵੇਂ ਦਾ ਕਿ ਮਰਜਿੰਗ ਸੈੱਲ ਤੋਂ ਤੁਹਾਡਾ ਕੀ ਭਾਵ ਹੈ ਜਿਵੇਂ ਕਿ ਮਰਜਿੰਗ ਸੈੱਲ ਤੋਂ ਤੁਹਾਡਾ ਕੀ ਭਾਵ ਹੈ ਉੱਤਰ ਹੈ ਕਿ ਮਰਜਿੰਗ ਸੈੱਲ ਦਾ ਮਤਲਬ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜ ਕੇ ਇੱਕ ਸੈੱਲ ਬਣਾ ਜਾਂਦਾ ਹੈ ਠੀਕ ਹੈ ਛੋਟੇ ਛੋਟੇ ਸੈੱਲ ਜਦੋਂ ਜੋੜ ਕੇ ਆਪਾਂ ਵੱਡਾ ਸੈੱਲ ਬਣਾ ਦਿੰਦੇ ਹਾਂ ਉਸ ਨੂੰ ਹੀ ਸੈੱਲ ਮਰਜਿੰਗ ਕਿਹਾ ਜਾਂਦਾ ਹੈ ਠੀਕ ਹੈ ਮਰਜਿੰਗ ਸੈੱਲ ਤੋਂ ਪਾਵ ਇਹ ਹੀ ਹੁੰਦਾ ਹੈ ਕਿ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਆਪਸ ਵਿੱਚ ਜੋੜਨਾ ਸੋ ਐਕਸਲ ਵਿੱਚ ਅਸੀਂ ਜਿੰਨੇ ਮਰਜੀ ਸੈੱਲਾਂ ਨੂੰ ਮਰਜ ਕਰ ਸਕਦੇ ਹਾਂ ਐਕਸਲ ਵਿੱਚ ਜਿੰਨੇ ਮਰਜੀ ਸੈੱਲਾਂ ਨੂੰ ਜੋੜ ਸਕਦੇ ਹਾਂ ਮਰਜ ਦਾ ਮਤਲਬ ਹੀ ਹੁੰਦਾ ਹੈ ਜੋੜਨਾ ਸੋ ਨਾਲ ਲੱਗਦੇ ਸਿਲੈਕਟ ਕੀਤੇ ਗਏ ਸੈੱਲਾਂ ਨੂੰ ਮਰਜ ਕਰਨ ਲਈ ਅਸੀਂ ਐਕਸਲ ਦੀ ਹੋਮ ਟੈਬ ਵਿੱਚ ਉਪਲਬਧ ਮਰਜ ਅਤੇ ਸੈਂਟਰ ਆਪਸ਼ਨ ਦੀ ਵਰਤੋਂ ਕਰਦੇ ਹਾਂ ਠੀਕ ਹੈ ਸੋ ਇਹਦੇ ਵਿੱਚ ਸਾਡੇ ਕੋਲ ਦੇਖੋ ਆਪਸ਼ਨ ਹੁੰਦਾ ਹੈ ਮਰਜ ਅਤੇ ਸੈਂਟਰ ਇਸ ਆਪਸ਼ਨ ਨੂੰ ਯੂਜ਼ ਕਰਕੇ ਆਪਾਂ ਜਿੰਨੇ ਮਰਜ਼ੀ ਸੈੱਲਾਂ ਆਪਸ ਵਿੱਚ ਜੋੜ ਸਕਦੇ ਹਾਂ ਸੋ ਜਦੋਂ ਦੋ ਤੋਂ ਵੱਧ ਸੈੱਲਾਂ ਆਪਸ ਵਿੱਚ ਜੋੜਦੇ ਹਾਂ ਇਸ ਨੂੰ ਹੀ ਸੈੱਲ ਮਰਜਿੰਗ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਬੱਚੇ ਸੱਤਵਾਂ ਪ੍ਰੇਸ਼ਨ ਹੈ ਕਿ ਸੇ ਵੀ ਤਿੰਨ ਗਣਿਤਕ ਫੰਕਸ਼ਨਸ ਦਾ ਨਾਂ ਦੱਸੋ ਤੇ ਤਿੰਨ ਗਣਿਤ ਫੰਕਸ਼ਨਸ ਦਾ ਨਾਮ ਲਿਖਣਾ ਹੈ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਸਮ ਹੁੰਦਾ ਹੈ ਠੀਕ ਹੈ ਸਮ ਫੰਕਸ਼ਨ ਲਿਖ ਦਿਓ ਸਮ ਲਿਖ ਕੇ ਵੱਡੇ ਕਰਨਾ ਚਾਹੀਦਾ ਠੀਕ ਹੈ ਕੈਪੀਟਲ ਲੈਟਰ ਵਿੱਚ ਦੋ ਬ੍ਰੈਕਟ ਜਰੂਰ ਪਾਣੇ ਉਹਦੇ ਮੂਰੇ ਠੀਕ ਹੈ ਸੋ ਇਦਾਂ ਫੰਕਸ਼ਨਸ ਨੂੰ ਆਪਾਂ ਲਿਖੀ ਦੇ ਆ ਉਸ ਤੋਂ ਬਾਅਦ ਸੈਕੰਡ ਬੱਚੇ ਕਾਊਂਟ ਤੀਸਰਾ ਐਵਰੇਜ ਚੌਥਾ ਮਿਨ ਪੰਜਵਾਂ ਮੈਕਸ ਠੀਕ ਹੈ ਇਹ ਦੋਨੋਂ ਲਿਖ ਦਿਓ ਓਕੇ ਸੋ ਬਹੁਤ ਈਜ਼ੀ ਹੈ ਇਹਦਾ ਹੀ ਜਾਂ ਪਾਰਟ ਹੈ ਬੱਚੇ MS excel ਵਿੱਚ ਜੋ ਸਟੋਅ ਸ਼ਾਰਟਿੰਗ ਕੀ ਹੁੰਦੀ ਹੈ MS excel ਵਿੱਚ ਸ਼ਾਰਟਿੰਗ ਕੀ ਹੁੰਦੀ ਹੈ ਠੀਕ ਹੈ ਸੋ ਆ ਉੱਪਰ ਵਾਲਾ ਤਾਂ ਇਜ਼ੀ ਸੀ ਆ ਕਰ ਲਿਓ ਬਾਕੀ ਸ਼ਾਰਟਿੰਗ ਵੀ ਦੇਖ ਲਓ ਕੀ ਹੁੰਦੀ ਹੈ ਇਹ ਵੀ ਤੁਸੀਂ ਲਿਖ ਸਕਦੇ ਆ ਸੋ ਬੱਚੇ ਉੱਤਰ ਹੈ ਕਿ ਡਾਟਾ ਨੂੰ ਇੱਕ ਕਰਮ ਵਿੱਚ ਵਿਵਸਥਿਤ ਕਰਨ ਨੂੰ ਹੀ ਸ਼ਾਰਟਿੰਗ ਕਿਹਾ ਜਾਂਦਾ ਹੈ ਠੀਕ ਹੈ ਇੱਕ ਕਰਮ ਵਿੱਚ ਜਦੋਂ ਸ਼ਾਰਟਿੰਗ ਹੁੰਦਾ ਨਾ ਕਿ ਸ਼ਾਰਟਿੰਗ ਕਰਦੇ ਆ ਕਿ ਆਪਾਂ ਜਦਾਂ ਸਾਈਜ਼ ਦੇ ਅਕੋਰਡਿੰਗ ਦੇਖਣਾ ਚਾਹੀਦਾ ਹੈ ਫੋਨ ਦੇ ਵਿੱਚ ਵੀ ਹੁੰਦਾ ਹੈ ਸ਼ਾਰਟਿੰਗ ਕਰਨਾ ਜੇ ਤੁਸੀਂ ਅਪਰ ਟੂ ਲੋਅਰ ਕਰੋਗੇ ਮਤਲਬ ਕਿ ਸਭ ਤੋਂ ਪਹਿਲਾਂ ਆਪਾਂ ਡੀ ਐਮ ਵੀ ਵਾਲਾ ਦੇਖਣਾ ਫਿਰ ਉੱਤੋਂ ਛੋਟਾ ਉੱਤੋਂ ਛੋਟਾ ਇਹਨੂੰ ਹੀ ਸ਼ਾਰਟਿੰਗ ਕਹਿੰਦੇ ਆ ਜਾਂ ਤੁਸੀਂ ਏ ਟੂ ਜ਼ेड ਕਰ ਸਕਦੇ ਜਾਂ ਡੇਟ ਵਾਈਜ਼ ਕਰ ਸਕਦੇ ਆ ਠੀਕ ਹੈ ਸੋ ਆ ਦੇਖੋ ਜਦਾਂ ਇਹਨਾਂ ਨੇ ਕੀਤਾ ਹੋਇਆ ਸ਼ਾਰਟ ਟੂ ਏ ਟੂ ਜ਼ेड ਸ਼ਾਰਟ ਟੂ ਜ਼ेड ਟੂ ਏ ਇਦਾਂ ਕਰਨਾ ਇਹਨੂੰ ਸ਼ਾਰਟਿੰਗ ਕਿਹਾ ਜਾਂਦਾ ਹੈ ਸੋ ਡਾਟਾ ਨੂੰ ਘਟਦੇ ਜਾਂ ਵਧਦੇ ਕਰਮ ਵਿੱਚ ਵਿਵਸਥਿਤ ਕੀਤਾ ਜਾ ਸਕਦਾ ਹੈ ਐਕਸਲ ਸ਼ੀਟਾਂ ਵਿੱਚ ਡਾਟਾ ਨੂੰ ਕਰਮਬੰਦ ਕਰਨ ਲਈ ਹੋਮ ਜਾਂ ਡਾਟਾ ਟੈਬਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਡਾਟਾ ਨੂੰ ਵਧਦੇ ਕਰਮ ਵਿੱਚ ਪਰਵदित ਕਰਨ ਲਈ ਅਸੀਂ A ਟੂ Z ਆਪਸ਼ਨ ਵਰਤਦੇ ਹਾਂ ਅਤੇ ਘਟਦੇ ਕਰਮ ਵਿੱਚ Z ਟੂ A ਆਪਸ਼ਨ ਵਰਤਦੇ ਹਾਂ ਠੀਕ ਹੈ ਈਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਵਿੱਚ 8ਵਾਂ ਪ੍ਰਸ਼ਨ ਹੈ ਕਿ ਪੇਜ ਔਰੀਐਂਟੇਸ਼ਨ ਉੱਪਰ ਇੱਕ ਨੋਟ ਲਿਖੋ पेज ओरिएंटेशन ऊपर एक नोट लिखो उत्तर है कि पेज ओरिएंटेशन दस्तावेज दी उस दिशा दर्शाता है जिसू स्क्रीन ऊपर प्रदर्शित किया जाता है ठीक है तो जो स्क्रीन ओरिएंटेशन तुम्हें देखो ना फोन दे विच दो तरह के होंगे लैंडस्केप ते पोर्ट्रेट ਠੀਕ ਹੈ ਜੇ ਤੁਸੀਂ ਫੋਨ ਨੂੰ ਸਿੱਧਾ ਹੱਥ ਵਿੱਚ ਫੜਿਆ ਹੈ ਤੋ ਉਹਨੂੰ ਪੋਰਟਰੇਟ ਮੋਡ ਕਹਿੰਦੇ ਆ ਠੀਕ ਹੈ ਜੇ ਉਹਨੂੰ ਘੁਮਾਇਆ ਹੋਇਆ ਤਾਂ ਉਹਨੂੰ ਲੈਂਡਸਕੇਪ ਕਹਿੰਦੇ ਆ ਇਸੇ ਨੂੰ ਸਕਰੀਨ ਔਰੀਐਂਟੇਸ਼ਨ ਕਿਹਾ ਜਾਂਦਾ ਜਬ ਪੇਜ ਔਰੀਐਂਟੇਸ਼ਨ ਤੁਸੀਂ ਪੇਜ ਨੂੰ ਕਿਦਾਂ ਕਰਕੇ ਦੇਖ ਰਹੇ ਹੋ ਸੋ ਇਹਦੇ ਦੋ ਹੁੰਦੇ ਆ ਲੈਂਡਸਕੇਪ ਐਂਡ ਪੋਰਟਰੇਟ ਸੋ ਉਹ ਹੀ ਕਹਿੰਦੇ ਜਿਸ ਉੱਪਰ ਜਿਸ ਵਿੱਚ ਸਕਰੀਨ ਨੂੰ ਸਕਰੀਨ ਕੋਈ ਵੀ ਦਰਸ਼ਣ ਦਸਤਾਵੇਜ਼ ਸਕਰੀਨ ਉੱਪਰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਠੀਕ ਹੈ ਜਾਂ ਉਸ ਨੂੰ ਪ੍ਰਿੰਟ ਕੀਤਾ ਜਾਂਦਾ ਹੈ ਅਸੀਂ ਆਪਣੇ ਪੇਜ ਨੂੰ ਜਾਂ ਤਾਂ ਲੇਟਵੀ ਜਾਂ ਖੜਵੀ ਦਿਸ਼ਾ ਵਿੱਚ ਸੈੱਟ ਕਰ ਸਕਦੇ ਹਾਂ ਅਸੀਂ ਪੇਜ ਲੇਆਉਟ ਦੀ ਟੈਬ ਦੀ ਵਰਤੋਂ ਕਰਕੇ ਪੇਜ ਦਾ ਔਰੀਐਂਟੇਸ਼ਨ ਨੂੰ ਬਦਲ ਸਕਦੇ ਹਾਂ ਠੀਕ ਹੈ ਸੋ ਪੇਜ ਔਰੀਐਂਟੇਸ਼ਨ ਦੀਆਂ ਦੋ ਬੁਨਿਆਦੀਆਂ ਕਿਸਮਾਂ ਹਨ ਕਿਹੜਾ ਕਿਹੜਾ ਇੱਕ ਸਾਡਾ ਕਿਹੜਾ ਹੈ ਲੈਂਡਸਕੇਪ ਤੇ ਦੂਸਰਾ ਪੋਰਟਰੇਟ ਠੀਕ ਹੈ ਐਨ ਬੱਚੇ ਨਵਾਂ ਪ੍ਰਸ਼ਨ ਕੀ ਹੈ ਕਿ ਡੀਬੀਐਮਐਸ ਬਾਰੇ ਤੁਸੀਂ ਕੀ ਜਾਣਦੇ ਹੋ ਠੀਕ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਬਾਰੇ ਤੁਸੀਂ ਕੀ ਜਾਣਦੇ ਹੋ ਕਹਿੰਦੇ ਕਿ ਇਹਦਾ ਉੱਤਰ ਹੈ ਕਿ ਡੀਬੀਐਮਐਸ ਦਾ ਅਰਥ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਡਾਟਾਬੇਸ ਮੈਨੇਜਮੈਂਟ ਸਿਸਟਮ ਨਾਂ ਦਾ ਇੱਕ ਨਵਾਂ ਸਿਸਟਮ ਤਿਆਰ ਕੀਤਾ ਗਿਆ ਸੀ ਠੀਕ ਹੈ ਡੀਬੀਐਮਐਸ ਇੱਕ ਸਿਸਟਮ ਸੌਫਟਵੇਅਰ ਹੈ ਇਹ ਸਾਨੂੰ ਡਾਟਾਬੇਸ ਦੇ ਡਾਟਾ ਨੂੰ ਬਣਾਉਣ ਮੁਰ ਪ੍ਰਾਪਤ ਕਰਨ ਅਪਡੇਟ ਕਰਨ ਪ੍ਰਬੰਧਿਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ ਕਰਦਾ ਹੈ ਠੀਕ ਹੈ ਸਧਾਰਨ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਸੌਫਟਵੇਅਰ ਲੇਅਰ ਹੈ ਜੋ ਯੂਜ਼ਰ ਅਤੇ ਡਾਟਾਬੇਸ ਵਿਚਕਾਰ ਇੱਕ ਇੰਟਰਫੇਸ ਦਾ ਕੰਮ ਕਰਦੀ ਹੈ ਠੀਕ ਹੈ ਦੇਖੋ ਇੱਥੇ ਡਾਟਾਬੇਸ ਹੈ ਡੀਬੀਐਮਐਸ ਵਿੱਚ ਲੱਗਾ ਹੁੰਦਾ ਤੇ ਯੂਜ਼ਰ ਸਾਰੇ ਉਦੇ ਨਾਲ ਜੁੜ ਕੇ ਕੰਮ ਕਰਦੇ ਹੁੰਦੀ ਹੈ ਠੀਕ ਹੈ ਸੋ ਇਹੀ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਸੋ 2 ਨੰਬਰ ਵਾਲੇ ਕੰਪਲੀਟ ਹੋ ਗਏ ਉਸ ਤੋਂ ਬਾਅਦ ਦੇਖੋ ਬੱਚੇ ਸੈਕਸ਼ਨ ਸੀ ਸਾਡਾ ਸਟਾਰਟ ਹੁੰਦਾ ਈਡੀ ਭਾਗ ਇਹਦੇ ਵਿੱਚ ਤੁਹਾਡੇ ਚਾਰ ਪ੍ਰੈਕਟਿਸਨ ਹੈ ਤੁਸੀਂ ਦੋ ਕਰਨੇ ਕੋਈ ਠੀਕ ਹੈ ਜਿਵੇਂ ਕਿ ਦੇਖੋ 10ਵਾਂ ਪ੍ਰੈਕਟਿਸਨ ਹੈ ਕਿ Google Drive ਕੀ ਹੈ Google Drive ਦੇ ਵੱਖ-ਵੱਖ ਭਾਗ ਲਿਖੋ ਗੂਗਲ ਡਰਾਈਵ ਕੀ ਹੈ ਗੂਗਲ ਡਰਾਈਵ ਦੇ ਵੱਖ-ਵੱਖ ਲਾਭ ਲਿਖੋ ਜੇ ਤੁਸੀਂ ਕਿਸੇ ਬੱਚੇ ਨੇ ਇਦਾਂ ਦਾ ਦੇਖਿਆ ਹੋਣ ਆਪਣੇ ਫੋਨ ਦੇ ਵਿੱਚ ਤਾਂ ਇਹਨੂੰ ਹੀ ਗੂਗਲ ਡਰਾਈਵ ਕਿਹਾ ਜਾਂਦਾ ਹੈ ਠੀਕ ਹੈ ਤੁਸੀਂ ਕੋਈ ਵੀ ਚੀਜ਼ ਨੂੰ ਇੱਥੇ ਸੰਭਾਲ ਕੇ ਰੱਖ ਸਕਦੇ ਆ ਠੀਕ ਹੈ ਇਹਦੇ ਵਿੱਚ ਸੇਵ ਕਰਕੇ ਰੱਖ ਲਓ ਆਫਲਾਈਨ ਡਾਊਨਲੋਡ ਕਰਕੇ ਵੀ ਰੱਖ ਸਕਦੇ ਆ ਜਾਂ ਤੁਸੀਂ ਇੱਕ ਵਾਰੀ ਇਹਦੇ ਵਿੱਚ ਸੇਵ ਕਰ ਲਿਆ ਤੁਸੀਂ ਕਿਸੇ ਦੇ ਵੀ ਫੋਨ ਵਿੱਚ ਆਪਣਾ ਡਾਟਾ 15 ਜੀਵੀ ਦਾ ਤੁਹਾਨੂੰ ਸਟੋਰੇਜ ਫ੍ਰੀ ਦੇਣਾ ਉਹਨਾਂ ਨੇ ਤੁਸੀਂ ਕਿਸੇ ਵੀ ਫੋਨ ਵਿੱਚ ਆਪਣੀ ਲੌਗਇਨ ਆਈਡੀ ਪਾਸਵਰਡ ਭਰ ਕੇ ਠੀਕ ਹੈ ਗੂਗਲ ਦੀ ਤੁਸੀਂ ਆਪਣੇ ਡਾਕੂਮੈਂਟ ਨੂੰ ਐਕਸੈਸ ਕਰ ਸਕਦੇ ਹਾਂ ਠੀਕ ਹੈ ਮੇਨਲੀ ਇਹਦੇ ਵਿੱਚ ਡਾਕੂਮੈਂਟ ਹੀ ਰੱਖੇ ਜਾਂਦੇ ਆ ਓਕੇ ਸੋ ਦੇਖੋ ਬੱਚਿਓ ਨੂੰ ਆਪਾਂ ਲਿਖਣਾ ਕਿੱਦਾਂ ਆ ਦੇਖੋ ਕਹਿੰਦੇ ਕਿ ਗੂਗਲ ਡਰਾਈਵ ਗੂਗਲ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਇੱਕ ਮੁਕਤ ਮੁਫਤ ਸੇਵਾ ਹੈ ਠੀਕ ਹੈ ਇਹ ਗੂਗਲ ਐਪ ਸਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਕਰਨ ਅਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ ਡਾਟਾ ਸਟੋਰ ਕਰਨ ਲਈ ਗੂਗਲ ਹਰੇਕ ਗੂਗਲ ਅਕਾਊਂਟ ਨੂੰ 15 GB ਸਟੋਰੇਜ ਪ੍ਰਦਾਨ ਕਰਦੀ ਹੈ ਸੋ ਸੋਚੋ ਬੱਚਿਓ ਤੁਹਾਨੂੰ ਇੱਕ ਈਮੇਲ ਆਈਡੀ ਤੇ 15GB ਮਿਲਦੀ ਤੁਸੀਂ ਕਿੰਨੇ ਸਾਰੇ ਆਈਡੀ ਬਣਾ ਕੇ ਡਾਟਾ ਆਪਣਾ ਸਟੋਰ ਕਰ ਸਕਦੇ ਹੋ ਠੀਕ ਹੈ ਸੋ ਇਸ ਐਪ ਦੀ ਵਰਤੋਂ ਕਰਨ ਲਈ ਸਾਡੇ ਕੋਲ ਇੱਕ Google account ਹੋਣਾ ਚਾਹੀਦਾ ਹੈ ਮਤਲਬ Gmail account ਸਾਡੇ ਕੋਲ ਹੋਣਾ ਚਾਹੀਦਾ ਹੈ ਸੋ ਬੱਚਿਓ ਦੇਖੋ ਇਹਦੇ ਫਾਇਦੇ ਕੀ ਕੀ ਹੈ ਸੋ ਸਭ ਤੋਂ ਪਹਿਲਾਂ ਕੀ ਹੈ ਅਸੀਂ ਆਨਲਾਈਨ ਡਰਾਈਵ ਦਾ ਆਪਣਾ ਡਾਟਾ ਸਟੋਰ ਕਰ ਸਕਦੇ ਹਾਂ ਆਨਲਾਈਨ ਡਰਾਈਵ ਤੇ ਆਪਣਾ ਡਾਟਾ ਸਟੋਰ ਕਰ ਸਕਦੇ ਹਾਂ ਦੂਸਰਾ ਅਸੀਂ Google Drive ਤੇ ਸਟੋਰ ਕੀਤੀਆਂ ਗਈਆਂ ਫਾਈਲਾਂ ਨੂੰ ਦੂਜੇ ਵਿਅਕਤੀ ਨਾਲ ਸ਼ੇਅਰ ਵੀ ਕਰ ਸਕਦੇ ਆ ਠੀਕ ਹੈ ਤੁਸੀਂ ਪੂਰੀ ਫਾਈਲ ਜਿਵੇਂ ਕਿ ਤੁਹਾਨੂੰ ਦੇਖੋ ਕੋਈ ਵੀ ਡਾਕੂਮੈਂਟ ਦੇਣੀ ਹੋਵੇ Google ਫਾਈਲ ਤੇ ਤੁਸੀਂ ਸ਼ੇਅਰ ਕਰ ਸਕਦੇ ਕਿਸੇ ਨੂੰ ਵੀ ਤੀਸਰਾ ਬੱਚੇ ਅਸੀਂ Google Drive ਤੇ ਸਟੋਰ ਕੀਤੀਆਂ ਗਈਆਂ ਆਪਣੀਆਂ ਫਾਈਲਾਂ ਨੂੰ ਕਿਤੇ ਵੀ ਦੇਖ ਸਕਦੇ ਆ ਕਿਤੇ ਵੀ ਆਨਲਾਈਨ ਤੁਸੀਂ ਉਸ ਤੋਂ ਬਾਅਦ ਜੋ 4th ਹੈ Google Drive ਆਸਾਨੀ ਨਾਲ ਫਾਈਲਾਂ ਲੱਭਣ ਲਈ ਇੱਕ ਬਿਲਟ ਇਨ ਸਰਚ ਇੰਜਨ ਦਾ ਇੰਜਨ ਪ੍ਰਦਾਨ ਕਰਦਾ ਹੈ 4 5th ਬੱਚੇ ਅਸੀਂ Google Drive ਤੇ ਕਈ ਕਿਸਮ ਦੀਆਂ ਫਾਈਲਾਂਾਂ डॉक्स एक्सेल एक्स पीएसडी जेपीजी पीडीएफ बहुत सारी मतलब हर एक तरह दे फाइल खोल सकदे उथे ठीक है छैमा बच्चे ए सारीया सुविधा गूगल द्वारा मुफ्त प्रदान कीतियां जांदियां हन और एक फायदा इनु 15 जीबी सानू फ्री मिल दा मिलदा है ठीक है स्टोरेज बच जांदी है सो ए सारे फायदे तुसी लिख सकदे हो ठीक है ਜਾਂ ਇਹਦਾ ਪਾਠ ਹੈ ਕਿ ਸਾਈਬਰ ਕ੍ਰਾਈਮ ਕੀ ਹਨ ਸਾਈਬਰ ਕ੍ਰਾਈਮ ਕ੍ਰਾਈਮ ਦੀ ਰੋਕਥਾਮ ਦੇ ਉਪਾਅ ਲਿਖੋ ਸਾਈਬਰ ਕ੍ਰਾਈਮ ਕੀ ਹੁੰਦੇ ਆ ਠੀਕ ਹੈ ਕ੍ਰਾਈਮ ਕੀ ਹੁੰਦੇ ਆ ਕਹਿੰਦੇ ਸਾਈਬਰ ਕ੍ਰਾਈਮ ਇੱਕ ਅਪਰਾਧ ਹੈ ਜਿਸ ਵਿੱਚ ਇੱਕ ਕੰਪਿਊਟਰ ਤੇ ਨੈਟਵਰਕ ਸ਼ਾਮਿਲ ਹੁੰਦੇ ਨੇ ਮਤਲਬ ਬੱਚੇ ਆਨਲਾਈਨ ਜਿਹੜੇ ਤੁਹਾਡੇ ਫਰਾਡ ਹੋ ਰਹੇ ਨੇ ਇਹਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ ਓਬਵੀਅਸ ਸਾਰੇ ਬੱਚਿਆਂ ਨੂੰ ਪਤਾ ਹੋਣਾ ਹੈ ਠੀਕ ਹੈ ਆਨਲਾਈਨ ਅੱਜ ਕੱਲ੍ਹ ਲੂਟਮਾਰੀ ਬਹੁਤ ਹੋ ਰਹੀ ਹੈ ਸੋ ਇਹਨੂੰ ਸਾਈਬਰ ਕ੍ਰਾਈਮ ਕਿਹਾ ਜਾਂਦਾ ਹੈ ਸੋ ਕਹਿੰਦੇ ਸਾਈਬਰ अपरादा विच अपराधिक गतिविधियां शामिल हो सकदीयां हन जो कि परंपरागत रूप विच हुंदियां जिवे कि चोरी हो गया धोखातरी हो गया जालसाजी हो गया मानहानी अशारता दी ਤੁਸੀਂ ਕਿਸ ਨੂੰ ਗਾਲਾਂ ਵਾਲਾ ਕੱਢ ਦਿੱਤੀਆਂ ਸਾਰੇ ਸਾਈਬਰ ਕਰਾਮਿੰਗ ਕ੍ਰਾਈਮ ਹੀ ਹੈ ਉਸ ਤੋਂ ਬਾਅਦ ਬੱਚੇ ਬਚਣਾ ਕਿਦਿਆਂ ਸੁਰੱਖਿਆ ਦੇ ਵਿਰੁੱਧ ਰੋਕਥਾਮ ਕੀ ਹੈ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਯੂਜ਼ਰ ਨੂੰ ਇੱਕ ਪੂਰੇ ਇੰਟਰਨੈਟ ਸੁਰੱਖਿਆ ਸੂਰ ਦੀ ਵਰਤੋਂ ਕਰਨੀ ਚਾਹੀਦੀ ਹੈ ਠੀਕ ਹੈ ਬਦਿਆ ਬ੍ਰਾਊਜ਼ਰ ਯੂਜ਼ ਕਰੋ ਸੈਕਿੰਡ ਯੂਜ਼ਰ ਨੂੰ ਵੱਖ-ਵੱਖ ਆਨਲਾਈਨ ਵੈਬਸਾਈਟਾਂ ਲਈ ਮਜ਼ਬੂਤ ਪਾਸਵਰਡ ਤੁਹਾਡੇ ਪਾਸਵਰਡ ਵਧੀਆ ਹੋਣਾ ਚਾਹੀਦਾ ਈਮੇਲ ਤੁਹਾਨੂੰ ਪਤਾ ਨਾ ਈਮੇਲ ਬਹੁਤ ਇੰਪੋਰਟੈਂਟ ਹੈ ਉਹਦੇ ਪਾਸਵਰਡ ਕਈਆਂ ਨੂੰ ਤਾਂ ਯਾਦ ਵੀ ਨਹੀਂ ਹੁੰਦੇ ਆ ਬਿਕੋਜ਼ ਬਹੁਤ ਸਟ੍ਰੌਂਗ ਪਾਸਵਰਡ ਮੰਗਦੀ ਹੁੰਦੀ ਈਮੇਲ ਸੋ ਇਸੇ ਤਰ੍ਹਾਂ ਤੁਸੀਂ ਹਰ ਇੱਕ ਚੀਜ਼ ਦਾ ਵਧੀਆ ਪਾਸਵਰਡ ਰੱਖਣਾ ਹੈ ਥਰਡ ਬੱਚੇ ਆਪਣੇ ਸੌਫਟਵੇਅਰ ਨੂੰ ਅਪਡੇਟ ਰੱਖੋ ਹਮੇਸ਼ਾ ਠੀਕ ਹੈ ਤੁਹਾਨੂੰ ਪਤਾ ਅਪਡੇਟ ਆਂਦੇ ਰਹਿੰਦੇ ਆ ਸੋ ਸੌਫਟਵੇਅਰ ਜ਼ਰੂਰ ਅਪਡੇਟ ਕਰੋ ਕਈ ਕਹਿੰਦੇ ਕਿ ਅਪਡੇਟ ਹੀ ਨਹੀਂ ਕਰਨਾ ਫੋਨ ਚੇਂਜ ਹੋ ਜਾਂਦਾ ਬੱਚੇ ਅਪ 4ਵਿਥ ਹੈਗਾ ਬੱਚੇ ਨਿੱਜੀ ਜਾਣਕਾਰੀ ਨੂੰ ਪ੍ਰੋਟੈਕਟ ਕਰਕੇ ਰੱਖੋ ਹਮੇਸ਼ਾ ਲੌਕ ਕਰਕੇ ਰੱਖੋ ਉਹਨਾਂ ਨੂੰ ਠੀਕ ਹੈ 5ਵਿਥ ਹੈਗਾ ਆਪਣੇ ਆਪ ਨੂੰ ਮੁੱਖ ਸੁਰੱਖਿਆ ਉਲੰਘਣਾ ਬਾਰੇ ਅਪ ਟੂ ਡੇਟ ਰੱਖੋ ਠੀਕ ਹੈ ਐਨ 6ਵਾਂ ਬੱਚੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਗਏ ਹੋ ਤਾਂ ਤੁਹਾਨੂੰ ਸਥਾਨਿਕ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਠੀਕ ਹੈ ਤੁਸੀਂ ਰਿਪੋਰਟ ਵੀ ਲਿਖਾ ਸਕਦੇ ਹੋ ਉਸ ਤੋਂ ਬਾਅਦ ਬੱਚੇ 11ਵਾਂ ਪ੍ਰਸ਼ਨ ਹੈ ਕਿ ਈ ਗਵਰਨੈਂਸ ਕੀ ਹੈ ਈ ਗਵਰਨੈਂਸ ਦੇ ਚਾਰ ਮਾਡਲਾਂ ਦੀ ਵਿਆਖਿਆ ਕਰਨੀ ਹੈ ਬੱਚਿਓ ਦੇਖੋ ਸਾਡਾ ਪ੍ਰਸ਼ਨ ਹੈ ਕਿ ਈ ਗਵਰਨੈਂਸ ਕੀ ਹੈ ਈ ਗਵਰਨੈਂਸ ਦੇ ਚਾਰ ਮਾਡਲਾਂ ਦੀ ਵਿਆਖਿਆ ਕਰਨੀ ਸਿੰਪਲ ਬੱਚੇ ਈ ਗਵਰਨੈਂਸ ਦਾ ਮਤਲਬ ਹੁੰਦਾ ਹੈ ਗਵਰਨਮੈਂਟ ਦੇ ਸਾਰੇ ਕੰਮਕਾਜ ਆਨਲਾਈਨ ਕਰਾਣੇ ਠੀਕ ਹੈ ਸਿੱਧੇ ਡਾਇਰੈਕਟ ਗਵਰਨਮੈਂਟ ਨਾਲ ਆਨਲਾਈਨ ਆਪਾ ਕਰ ਦੇਣਾ ਇਹਨੂੰ ਹੀ ਈ ਗਵਰਨੈਂਸ ਕਿਹਾ ਜਾਂਦਾ ਹੈ ਸੋ ਦੇਖੋ ਲਿਖਣਾ ਕਿੱਦਾਂ ਹੈ ਕਹਿੰਦੇ ਈ ਗਵਰਨੈਂਸ ਦਾ ਅਰਥ ਹੈ ਇਲੈਕਟ੍ਰੋਨਿਕ ਗਵਰਨਮੈਂਟ ਗਵਰਨੈਂਸ ਠੀਕ ਹੈ ਇੱਕ ਅਜੀਹੀ ਪ੍ਰਕਿਰਿਆ ਹੈ ਜਿਸ ਰਾਹੀਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਰੇਂਜ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਆਈਸੀਟੀ ਦੀ ਵਰਤੋਂ ਕੀਤੀ ਜਾਂਦੀ ਹੈ ਈ-ਗਵਰਨੈਂਸ ਨੇ ਸਰਕਾਰ ਦੇ ਕੰਮ ਕਾਜ ਨੂੰ ਹੋਰ ਪਰਦਰਸ਼ੀ ਬਣਾਇਆ ਹੈ ਸੋ ਬੱਚਿਓ ਇਹਦੇ ਮਾਡਲ ਦੇਖੋ ਕਿਹੜੇ-ਕਿਹੜੇ ਆ ਠੀਕ ਹੈ ਇੱਕ ਇਦਾਂ ਕੰਮ ਕਰਦੇ ਹੈ ਮਤਲਬ ਕਿਹੜੇ-ਕਿਹੜੇ ਮਾਡਲ ਦੁਆਰਾ ਸਭ ਤੋਂ ਪਹਿਲਾਂ ਬੱਚੇ ਗਵਰਨਮੈਂਟ ਟੂ ਸਿਟੀਜ਼ਨ ਗਵਰਨਮੈਂਟ ਸਿੱਧੇ ਸਿਟੀਜ਼ਨ ਨਾਲ ਕੰਟੈਕਟ ਕਰਦੇ ਹੱਸੇ ਤੁਸੀਂ ਸਿੱਧੇ ਤੁਸੀਂ ਸਰਕਾਰ ਨਾਲ ਕੋਈ ਵੀ ਚੀਜ਼ ਬਣਾ ਸਕਦੇ ਜਿਵੇਂ ਕੀ ਆਪਣਾ ਆਨਲਾਈਨ ਬਿੱਲ ਪੇ ਕਰ ਦੋ ਉਹਨਾਂ ਨੂੰ ਠੀਕ ਹੈ ਤੁਸੀਂ ਆਪਣਾ ਚਲਾਨ ਵਗੈਰਾ ਕੁਝ ਵੀ ਆਨਲਾਈਨ ਪਾਸਵਰਡ ਵਗੈਰਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਠੀਕ ਹੈ ਆਨਲਾਈਨ ਤੁਸੀਂ ਆਪਣੇ ਆਧਾਰ ਕਾਰਡ ਦੇ ਵਗੈਰਾ ਚੇਂजेस ਕਰ ਸਕਦੇ ਹੋ ਸਾਰੇ ਕੁਝ ਕਰ ਸਕਦੇ ਹੋ ਗਵਰਨਮੈਂਟ ਟੂ ਸਿਟੀਜ਼ਨ ਹੁੰਦਾ ਹੈ ਉਸ ਤੋਂ ਬਾਅਦ ਬੱਚੇ ਸੈਕੰਡ ਹੈ ਕਿ ਗਵਰਨਮੈਂਟ ਟੂ ਬਿਜ਼ਨਸਮੈਨ ਯਾਨੀ ਜੀ ਟੂ ਬੀ ਠੀਕ ਹੈ ਸੋ ਇਹ ਦੇਣਾ ਕੀ ਹੁੰਦਾ ਬੱਚੇ ਗਵਰਨਮੈਂਟ ਕੰਟੈਕਟ ਕਰਦੀ ਹੈ ਸਿੱਧੇ ਕਿਰਨਾਨਦ ਨਾਲ ਕਾਰੋਬਾਰੀਆਂ ਦੇ ਨਾਲ ਬਿਜ਼ਨਸਮੈਨ ਜਿਹੜੇ ਆ ਉਹ ਕੀ ਕਰਦੇ ਆ ਟੈਕਸ ਸੰਬੰਧੀ ਬਿੱਲਾਂ ਦੀ ਪੇਮੈਂਟ ਇਹ ਸਾਰਾ ਆਨਲਾਈਨ ਗਵਰਨਮੈਂਟ ਨੂੰ ਕਰ ਦਿੰਦੇ ਆ ਠੀਕ ਹੈ ਉਸ ਤੋਂ ਬਾਅਦ ਬੱਚੇ ਤੀਸਰਾ ਹੈ ਗਵਰਨਮੈਂਟ ਟੂ EMPLOYE ਠੀਕ ਹੈ ਯਾਨੀ ਕਿ G2E ਇਹ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਲਈ ਬਣਿਆ ਕਿ ਜਿਹੜੇ ਸਰਕਾਰੀ ਕਰਮਚਾਰੀ ਹੈ ਨਾ ਉਹਨਾਂ ਲਈ ਬਣਾਇਆ ਗਿਆ ਤੁਸੀਂ ਦੇਖੋਗੇ ਸਾਰੇ ਟੀਚਰਸ ਵਗੈਰਾ ਨਾ ਆਪਣੇ ਆਨਲਾਈਨ ਕੰਮ ਕਰਦੇ ਰਹਿੰਦੇ ਸਾਰੇ ਗਵਰਨਮੈਂਟ ਦਾ ਉਹਨਾਂ ਦਾ ਕੰਪਿਊਟਰ ਤੇ ਕੰਟੈਕਟ ਹੁੰਦਾ ਹੈ ਸੋ ਇਹ ਹੀ ਹੈ ਗਵਰਨਮੈਂਟ ਟੂ EMPLOYES ਸੋ ਕਿਸੇ ਵੀ ਕਰਮਚਾਰੀਆਂ ਦੁਆਰਾ ਵਰਤੀਆਂ ਜਾਂਦੀਆਂ ਹਨ ਉਦਾਹਰਨ ਲਈ ਕਰਮਚਾਰੀ ਦੀ ਕਿਸੇ ਵੀ ਕਿਸਮ ਦੀ ਨੀਵਾ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਕਰਮਚਾਰੀ ਆਪਣੇ ਤਨਖਾਹਾਂ ਰਿਕਾਰਡ ਆਦਿ ਦੀ ਜਾਂਚ ਕਰ ਸਕਦੇ ਹਨ ਸੋ ਉਹਨਾਂ ਦੇ ਆਨਲਾਈਨ ਆਈਡੀ ਪਾਸਵਰਡ ਬਣੇ ਹੋਏ ਹੈ ਠੀਕ ਹੈ ਸੋ ਉਥੋਂ ਸਾਰਾ ਕੁਝ ਚੈੱਕ ਕਰ ਲੈਂਦੇ ਆ ਉਸ ਤੋਂ ਬਾਅਦ ਬੱਚੇ ਫੋਰਥ ਹੈ ਗਵਰਨਮੈਂਟ ਟੂ ਗਵਰਨਮੈਂਟ ਠੀਕ ਹੈ ਯਾਨੀ ਕਿ ਜੀ ਟੂ ਜੀ ਇਹਦਾ ਨਾ ਕੀ ਹੁੰਦਾ ਇਹ ਮਾਡਲ ਸਰਕਾਰੀ ਸੇਵਾਵਾਂ ਦੱਸਾਉਂਦਾ ਹੈ ਜੋ ਸਰਕਾਰ ਵਿੱਚਕਾਰ ਸਾਂਝੀਆਂ ਹੁੰਦੀਆਂ ਨੇ ਸੋ ਸਰਕਾਰ ਆਪਸ ਵਿੱਚ ਇਹਦੇ ਨਾਲ ਕਰਦੇ ਹੁੰਦੇ ਆ ਠੀਕ ਹੈ ਰਾਜਾਂ ਦੇ ਵਿੱਚ ਇੱਕ ਸਰਕਾਰ ਦੂਸਰੀ ਸਰਕਾਰ ਨਾਲ ਤੇ ਕੰਟੈਕਟ ਕਰਦੇ ਹੁੰਦੀ ਹੈ ਇਸ ਮਾਡਲ ਦੇ ਥਰੂ ਠੀਕ ਹੈ ਸੋ ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਐਨ ਇਹਦਾ ਜਾ ਪਾਰਟ ਹੈ ਕਿ ਈ ਗਵਰਨੈਂਸ ਦੇ ਨੈਸ਼ਨਲ ਲੈਵਲ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਲਿਸਟ ਤਿਆਰ ਕਰਨੀ ਹੈ ਠੀਕ ਹੈ ਜਾ ਪਾਰਟ ਵੀ ਈਜ਼ੀ ਹੈ ਤੁਸੀਂ ਇਹ ਕਰ ਸਕਦੇ ਹੋ ਕਿ ਈ ਗਵਰਨੈਂਸ ਦੇ ਨੈਸ਼ਨਲ ਲੈਵਲ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਲਿਸਟ ਤਿਆਰ ਕਰੋ ਸੋ ਬੱਚੋ ਦੇਖੋ ਕਿਹੜੇ ਕਿਹੜੇ ਲਿਸਟ ਹੈ ਸਭ ਤੋਂ ਪਹਿਲਾਂ ਹੈ ਬੈਂਕਿੰਗ ਸੇਵਾਵਾਂ ਦੂਸਰਾ ਆਧਾਰ ਕਾਰਡ ਨਾਲ ਸੰਬੰਧਿਤ ਸੇਵਾਵਾਂ ਤੀਸਰਾ ਬੱਚੇ ਪਾਸਵਰਡ ਸੰਬੰਧਿਤ ਸੇਵਾਵਾਂ ਚੌਥਾ ਇਮੀਗ੍ਰੇਸ਼ਨ ਜਾਂ ਵੀਜ਼ਾ ਸੇਵਾਵਾਂ ਉਸ ਤੋਂ ਬਾਅਦ ਬੱਚੇ ਇਨਕਮ ਟੈਕਸ ਰਿਟਰਨ ਭਰਨ ਸੰਬੰਧੀ ਸੇਵਾਵਾਂ ਫਿਰ ਵੱਖ-ਵੱਖ ਕਿਸਮਾਂ ਦੇ ਟੈਕਸਾਂ ਦਾ ਭੁਗਤਾਨ ਕਰਨ ਸੰਬੰਧੀ ਸੇਵਾਵਾਂ ਕੇਂਦਰੀ ਅਬਕਾਰੀ ਅਤੇ ਕਸਟਮ ਸੇਵਾਵਾਂ ਡਿਜੀਟਲ ਲੈਂਡ ਮੈਨੇਜਮੈਂਟ ਸਿਸਟਮ ਵੋਟਰ ਕਾਰਡ ਪੈਨ ਕਾਰਡ ਠੀਕ ਹੈ ਆਰ ਟ ਸੀ ਟ ਸੀ ਉਮੰਗ ਡੀਜੀ ਲੋਕਰ ਈ मान ठीक है सो so, बचे जिन्हें ऑनलाइन जो कुछ जानते हैं बिल वगैरह पेमेंट करना ठीक है यू पी आई करना यह सारा कुछ ये आ जाएगा ओके सो आई होप तो पूरा पेपर समझ लग गया पेपर वाइया हो जाएगा ठीक है सो कीप लर्निंग कीप समाइलिंग ऑल द बेस्ट फॉर योर एग्जाम